ਮੈਂ ਰਵੀ ਸ਼ਰਮਾ, ਇੰਟਕ ਯੂਥ ਵਾਈਸ ਪ੍ਰੈਜ਼ੀਡੈਂਟ ਪੰਜਾਬ। 15 ਅਗਸਤ ਦੀਆਂ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਇੱਕ ਮੈਂ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜੇ ਯੁਵਾ, ਅੱਜ ਦੀ ਡੇਟ ਦੇ ਯੁਵਾ ਜਿਹੜਾ ਨਸ਼ਾ ਕਰਦਾ ਵਾ, ਨਸ਼ੇ ਤੋਂ ਦੂਰ ਰਹੇ, ਨਸ਼ੇ ਤੋਂ ਬਿਲਕੁਲ ਦੂਰ ਰਹੇ, ਨਸ਼ਾ ਬਿਲਕੁਲ ਨਾ ਕਰੇ, ਕਿਉਂਕਿ ਨਸ਼ਾ ਜਿਹੜਾ ਵਾ ਘਰ ਬਰਬਾਦ, ਮਾਂ ਪਿਓ ਨੂੰ ਖਤਮ ਕਰ ਦਿੰਦਾ। ਇਸ ਕਰਕੇ ਯੁਵਾ ਨੂੰ ਚਾਹੀਦਾ ਵਾ ਕਿ ਨਸ਼ੇ ਤੋਂ ਦੂਰ ਹੋ ਕੇ ਆਪਣਾ ਕਾਰੋਬਾਰ ਕਰਨ, ਕਾਰੋਬਾਰ ਵਧੀਆ ਤਰੀਕੇ ਨਾਲ ਕਰਨ ਅਤੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰਨ। ਅਤੇ ਇਸ ਕਰਕੇ ਨਸ਼ੇ ਤੋਂ ਬਿਲਕੁਲ ਹੀ ਦੂਰ ਰਹਿਣ। ਸਰਕਾਰਾਂ ਨੂੰ ਵੀ ਚਾਹੀਦਾ ਵਾ ਕਿ ਆ ਜਿਹੜਾ ਨਸ਼ਾ ਵੇਚਦੇ ਆ ਉਹਨਾਂ 'ਤੇ ਰੋਕ ਲਾਈ ਜਾਵੇ, ਅਤੇ ਜਿਹੜਾ ਕਿ ਅੱਜ ਦਾ ਸਾਡਾ ਪੰਜਾਬ ਦਾ ਯੁਵਾ ਵਾ ਉਹ ਬਾਹਰ ਨਾ ਜਾਵੇ, ਇੱਥੇ ਰਹੇ। ਨਸ਼ੇ 'ਚ ਬਹੁਤ ਹੀ ਜ਼ਿਆਦਾ ਦੁਖੀ ਹੋ ਜਾਂਦਾ ਬੱਚਾ, ਜਿਹੜਾ ਕਿ ਛੱਡਣਾ ਔਖਾ ਹੋ ਜਾਂਦਾ। ਆ ਸਰਕਾਰ ਨੂੰ ਚਾਹੀਦਾ ਵਾ ਕਿ ਨਸ਼ੇ ਤੋਂ ਬਿਲਕੁਲ ਰੋਕ ਲਾਈ ਜਾਵੇ। ਜੈ ਹਿੰਦ।